ਪ੍ਰੋਗਰਾਮ ਸਾਹਿਤਿਕ ਤੰਦਾ ਵਿਖ ਰੇ ਸਾਰੇ ਦਰਸ਼ਕਾਂ ਦਾ ਇਸ ਅਸ਼ੋਕਪੁਰਾ ਵੱਲੋਂ ਸਵਾਗਤ ਹੈ ਨਿਗੀ ਜੀ ਆਇਆਂ ਨੂੰ ਖੁਸ਼ ਆਮਦੀਦ ਅ ਨਮਸਕਾਰ ਸਤਿ ਸ੍ਰੀ ਅਕਾਲ ਤੇ ਸਲਾਮ ਕਹਿੰਦੇ ਨੇ ਕਿਤਾਬਾਂ ਬੰਦੇ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਨੇ ਬੁੱਲੇ ਸ਼ਾਹ ਨੇ ਕਿਹਾ ਸੀ ਕਿ ਪੜ ਪੜ ਆਲਮ ਫਾਜ਼ਲ ਹੋਇਆ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਭਜ ਭਜ ਅੰਦਰ ਮਸੀਤੀ ਵੜਦਾ ਕਦੇ ਆਪਣੇ ਅੰਦਰ ਤੋਂ ਵੜਿਆ ਹੀ ਨਹੀਂ ਮਨੁੱਖ ਦੇ ਅੰਦਰ ਇੱਕ ਕਿਤਾਬ ਖੁੱਲੀ ਹੋਈ ਹੈ ਬਦਕਿਸਮਤੀ ਇਹ ਹੈ ਕਿ ਬਹੁਤ ਸਾਰੇ ਨੂੰ ਇੱਕ ਕਿਤਾਬ ਪੜਨ ਦਾ ਮੌਕਾ ਨਹੀਂ ਮਿਲਦਾ ਕੋਈ ਵੀ ਮਨੁੱਖ ਸਾਹਿਤ ਤੋਂ ਟੁੱਟਿਆ ਹੋਇਆ ਨਹੀਂ ਹੁੰਦਾ ਅਸੀਂ ਇੱਕ ਦੁੱਖਾਂ ਤੇ ਹੰਡਾਰੇ ਆ ਕਿ ਅਸੀਂ ਕਿਤਾਬਾਂ ਪੜਨ ਦੀ ਆਦਤ ਨਹੀਂ ਪਾ ਸਕੇ ਬਹੁਤ ਸਾਰੇ ਲੋਕ ਕਿਤਾਬਾਂ ਪੜਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਰੰਗ ਭਰੇ ਜਾਂਦੇ ਨੇ ਕਈ ਲੋਕ ਐਸੇ ਵੀ ਨੇ ਜਿਨ੍ਹਾਂ ਨੇ ਬਹੁਤ ਵੱਡਾ ਜ਼ੁਰਮ ਕੀਤਾ ਫਿਰ ਉਹ ਜੇਲ੍ਹਾਂ 'ਚ ਚਲੇ ਗਏ ਪਰ ਜੇਲ੍ਹਾਂ ਤੋਂ ਜਦੋਂ ਵਾਪਸ ਪਰਤੇ ਤਾਂ ਕਈ ਮਹਾਪੁਰਸ਼ ਬਣ ਗਏ ਕਈ ਗਿਆਨੀ ਬਣ ਗਏ ਤੇ ਕਈ ਬ੍ਰह्म ਗਿਆਨੀ ਕਿਉਂਕਿ ਜੇਲ੍ਹ ਦਾ ਵਕਤ ਉਹਨਾਂ ਨੇ ਕਿਤਾਬਾਂ ਪੜ੍ਹ ਕੇ گزارਿਆ ਸੀ ਕਿਤਾਬਾਂ ਬਹੁਤ ਕੁਝ ਸਿਖਾਉਂਦੀਆਂ ਨੇ ਪਰ ਇੱਕ ਵੱਖਰੀ ਗੱਲ ਹੈ ਕਿ ਅਸੀਂ ਸਿੱਖਣ ਦੀ ਯਤਨਾਂ ਤੋਂ ਪਰੇ ਹੁੰਦੇ ਜਾ ਰਹੇ ਹਾਂ ਕਿਤਾਬਾਂ ਦੀ ਗੱਲ ਕਰਿਆ ਕਰਾਂਗੇ ਕਿਤਾਬਾਂ ਦੇ ਲੇਖਕਾਂ ਦੀ ਗੱਲ ਕਰਿਆ ਕਰਾਂਗੇ ਲਿਖਣਾ ਲੇਖਕ ਨਹੀਂ ਹੁੰਦਾ ਲਿਖਤ ਤੁਹਾਨੂੰ ਲੇਖਕ ਬਣਾਉਂਦੀ ਹੈ ਸੋ ਆਪਾਂ ਇਸ ਸੰਗਮ ਨੂੰ ਇਸ ਪ੍ਰੋਗਰਾਮ ذریعے ਪੇਸ਼ ਕਰਨ ਦਾ ਜ਼ਤਨ ਕਰਾਂਗੇ ਆਸ ਕਰਾਂਗਾ ਕਿ ਤੁਸੀਂ ਇਸ ਮੁਹੱਬਤ 'ਚ ਵੱਡਾ ਹੁੰਗਾਰਾ ਭਰੋਗੇ ਮੈਂ ਇੱਕ ਬੜੀ ਸਾਂਝ ਵਾਲੀ ਕਹਾਣੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦਾ ਕਿ ਕਿਤਾਬਾਂ ਜਿਹੜੇ ਮਨੁੱਖ ਪੜ੍ਹਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਕੀ ਕੀ ਤਬਦੀਲੀਆਂ ਆਉਂਦੀਆਂ ਨੇ ਇੱਕ ਜ਼ੁਕਰੀਦੀ ਲੋਕ ਕਥਾ ਹੈ ਕਿ ਇੱਕ ਬਾਪ ਨੇ ਆਪਣੇ ਸੱਤ ਆਪਣੀ ਸੱਤ ਬਰਿਆਂ ਦੀ ਬੱਚੀ ਨੂੰ ਕਿਤਾਬਾਂ ਪੜਨ ਦੇ ਸ਼ੌਕ 'ਚ ਜੋੜ ਦਿੱਤਾ ਉਹ ਬਹੁਤ ਖੂਬਸੂਰਤ ਕਿਤਾਬਾਂ ਲੈ ਆ ਕੇ ਦਿੰਦਾ ਪਰ ਗਰੀਬ ਸੀ ਆਪਣੀ ਮਿਹਨਤ ਦੀ ਕਮਾਈ ਚੋਂ ਇਹ ਕਿਤਾਬਾਂ ਖਰੀਦਣਾ ਉਹਦੇ ਲਈ ਔਖਾ ਵੀ ਬਹੁਤ ਸੀ ਦੋ ਪ੍ਰਾਸਨ ਇੱਕ ਅਮੀਰ ਤੇ ਇੱਕ ਗਰੀਬ ਕਿਤੇ ਇਕੱਠੇ ਇੱਕ ਯਾਤਰਾ ਤੇ ਚੱਲ ਪਏ ਅਮੀਰ ਪ੍ਰਾ ਕੋਲ ਘੋੜਾ ਸੀ ਤੇ ਨਾਲ ਗੱਡੀ ਤੇ ਗਰੀਬ ਪ੍ਰਾ ਕੋਲ ਘੋੜੀ ਸੀ ਤੇ ਗੱਡੀ ਰਸਤੇ 'ਚ ਹਨੇਰਾ ਹੋ ਗਿਆ ਤੇ ਦੋਵੇਂ ਜਣ ਇੱਕ ਦਰਖਤ ਦੇ ਥੱਲੇ ਸੌ ਗਏ ਰਾਤ ਨੂੰ ਗਰੀਬ ਪ੍ਰਾ ਦੀ ਘੋੜੀ ਸੁੱਪਈ ਘੋੜੀ ਨੇ ਬਸ਼ੇਰਾ ਦਿੱਤਾ ਬਸ਼ੇਰਾ ਰੁੜ ਕੇ ਅਮੀਰ ਭਰਾ ਦੀ ਗੱਡੀ ਕੋ ਚਲਾ ਗਿਆ ਦਿਨ ਚੜਿਆ ਤੇ ਅਮੀਰ ਭਰਾ ਲੁੱਡੀਆਂ ਪਾਵੇ ਕਿ ਮੇਰੀ ਗੱਡੀ ਨੇ ਰਾਤੀ ਬਸ਼ੇਰਾ ਦਿੱਤਾ ਗਰੀ ਪ੍ਰਾਕੀਤਾ ਭਰਾਵਾ ਘੋੜੀ ਬਸ਼ੇਰੇ ਦਿੰਦੀ ਆ ਗੱਡੀ ਬਸ਼ੇਰੇ ਨਹੀਂ ਦਿੰਦੀ ਉਹ ਕਹਿੰਦਾ ਨਹੀਂ ਜੇ ਤੇਰੀ ਘੋੜੀ ਨੇ ਬਸ਼ੇਰਾ ਦਿੱਤਾ ਹੁੰਦਾ ਤਾਂ ਇਹ ਘੋੜੀ ਕੋਲ ਹੋਣਾ ਸੀ ਇਹ ਮੇਰੀ ਗੱਡੀ ਨੇ ਦਿੱਤਾ ਅਮੀਰ ਜਿਵੇਂ ਕਹਿੰਦੇ ਨੇ ਕਿ ਜੋਰਾ ਵਰਦਾ ਸੱਤੀ ਵੀ ਹੀ 100 ਮਕਦਮਾ ਅਦਾਲਤ ਚ ਚਲਾ ਗਿਆ ਤੇ ਮੁਨਸਿਬ ਨੂੰ ਅਮੀਰ ਭਰਾ ਨੇ ਲਾਲਚ ਦੇ ਦਿੱਤਾ ਐ ਜੱਜ ਨੇ ਗਰੀਬ ਭਰਾ ਨੂੰ ਕਿਹਾ ਕਿ ਮੈਂ ਤੈਨੂੰ ਕੁਝ ਸਵਾਲ ਪੁੱਛਾਂਗਾ ਇਹਨਾਂ ਦੇ ਜਵਾਬ ਦੇਣੇ ਹੋਣਗੇ ਤਾਂ ਤੇਰਾ ਬਸ਼ੀਰਾ ਤੈਨੂੰ ਮਿਲ ਸਕਦਾ ਹੈ ਤੇ ਕੁਝ ਸਵਾਲ ਗਰੀਬ ਭਰਾ ਨੂੰ ਦੱਸ ਦਿੱਤੇ ਗਏ ਕਸਮਰੱਦ ਸੀ ਉਸਨੇ ਜੱਜ ਨੂੰ ਕਿਹਾ ਕਿ ਮੈਨੂੰ ਇਜਾਜ਼ਤ ਦਿਓ ਮੇਰੀ ਬੱਚੀ ਕੱਲ ਨੂੰ ਇਹਨਾਂ ਸਵਾਲਾਂ ਦਾ ਜਵਾਬ ਦੇਗੀ ਉਹ ਕਹਿੰਦਾ ਤੇਰੀ ਬੱਚੀ ਕਿੱਡੀ ਕਹੈਂਦਾ ਜੀ 7 ਸਾਲਾਂ ਦੀ ਉਹ ਕਹਿੰਦਾ ਜੇ ਤੇਰੀ ਧੀ ਇੰਨੀ ਸਿਆਣੀ ਆ ਤੇ ਉਹਨੂੰ ਫਿਰ ਕੱਲ ਨੂੰ ਕਹੀਂ ਕਿ ਉਹ ਅਦਾਲਤ ਚ ਆਵੇ ਨਾ ਨੰਗੀ ਆਵੇ ਨਾ ਕੱਜੀ ਆਵੇ ਨਾ ਤੁਰ ਕੇ ਆਵੇ ਨਾ ਕਿਸੇ ਤੇ ਸਵਾਰ ਹੋ ਕੇ ਆਵੇ ਤੇ ਨਾ ਤੋਹਫੇ ਨਾਲ ਆਵੇ ਤੇ ਨਾ ਤੋਹਫੇ ਤੋਂ ਬਿਨਾ ਗਰੀਬਾ ਪ੍ਰਾਕਰ ਚ ਲੱਗਿਆ ਉਹ ਲਈ ਇੱਕ ਹੋਰ ਬਿਫਤਾ ਖੜੀ ਹੋ ਗਈ ਉਹ ਮਜੇ ਤੇ ਲੇਟ ਗਿਆ ਸੱਤ ਬਰਿਆਂ ਦੀ ਧੀ ਨੇ ਪੁੱਛਿਆ ਬਾਪੂ ਉਦਾਸ ਕਿਉਂ ਉਹ ਕਹਿੰਦਾ ਬਸ਼ੀਰੀ ਨੇ ਘੋੜਾ ਦਿੱਤਾ ਸੀ ਗਰੀਬ ਭਰਾ ਅਧੱਕਰ ਬਸਣਾ ਸੀਗਾ ਰਿਜ਼ਕ ਆਉਣਾ ਸੀਗਾ ਕਹਿੰਦਾ ਉਹ ਬੜੇ ਭਰਾ ਦੀ ਗੱਡੀ ਘੁਰੜ ਕੇ ਚਲ ਗਿਆ ਉਹ ਕਹਿੰਦਾ ਬਸ਼ੀਰਾ ਮੇਰੀ ਗੱਡੀ ਨੇ ਦਿੱਤਾ ਤੇ ਜੱਜ ਨੂੰ ਵੀ ਆ ਕਿਹਾ ਮੇਰੀ ਧੀ ਜਵਾਬ ਦੇਗੀ ਉਹ ਕਹਿੰਦਾ ਆਪਣੀ ਧੀ ਨੂੰ ਲੈ ਕੇ ਆਉ ਉਹ ਕਹਿੰਦੀ ਬਾਪੂ ਗੱਲ ਹੀ ਕੋਈ ਨਹੀਂ ਮੈਂ ਤੇਰੇ ਨਾਲ ਸਵੇਰੇ ਚਲਾਂਗੀ ਤੇ ਧੀ ਨੇ ਬਟੇਰਾ ਹੱਥ ਚ ਫੜਿਆ ਲੱਤਾਂ ਚ ਖਰਗੋਸ਼ ਲਿਆ ਤੇ ਦਰਖਤ ਦੇ ਪੱਤਿਆਂ ਨਾਲ ਧੰਨ ਕੱਜ ਲਿਆ ਜੱਜ ਕੋਲ ਪੇਸ਼ ਹੋ ਗਈ ਜੱਜ ਨੂੰ ਬਟੇਰਾ ਪੇਸ਼ ਕੀਤਾ ਬਟੇਰਾ ਉੱਡ ਗਿਆ ਉਨੇ ਲੱਤਾ ਚੋ ਖਰਗੋਸ਼ ਬਾਹਰ ਕੱਢ ਦਿੱਤਾ ਤੇ ਜੱਜ ਨੂੰ ਕਹਿੰਦੀ ਖੁਸ਼ ਆਂ ਤੇਰੀਆਂ ਸ਼ਰਤਾਂ ਮੈਂ ਪੂਰੀਆਂ ਕੀਤੀਆਂ ਕਹਿੰਦਾ ਬਹੁਤ ਸਿਆਣੀ ਕੁੜੀਆਂ ਕਹਿੰਦੀ ਇੰਨੀ ਸਿਆਣੀ ਕਿ ਕਿਤੇ ਸਾਡੇ ਘਰ ਆਈ ਮੈਂ ਰੇਤ ਚ ਮੱਛੀਆਂ ਰੱਖੀਆਂ ਹੋਈਆਂ ਨੇ ਤੈਨੂੰ ਉਹਨਾਂ ਦਾ ਸੂਪ ਪਲਾ ਬਣਾ ਕੇ ਪਲਾਉਂਗੀ ਤੈਨੂੰ ਜ਼ਿੰਦਗੀ ਭਰ ਨਹੀਂ ਭੁੱਲੇਗਾ ਉਹ ਜੱਜ ਕਹਿੰਦਾ ਵੱਡੀਏ ਸਿਆਣੀਏ ਰੇਤ ਚ ਮੱਛੀਆਂ ਕਿੱਥੇ ਹੁੰਦੀਆਂ ਨੇ ਤੇਰਾ ਬਾਪ ਤਾਂ ਕਹਿੰਦਾ ਸੀ ਤੂੰ ਬਹੁਤ ਸਿਆਣੀ ਆ ਉਹ ਕਹਿੰਦੀ ਜੱਜ ਸਾਹਿਬ ਜੇ ਰੇਤ ਚ ਮੱਛੀਆਂ ਨਹੀਂ ਹੁੰਦੀਆਂ ਫਿਰ ਤੂੰ ਕਿੱਥੇ ਵੇਖਿਆ ਕਿ ਗੱਡੀ ਬਸ਼ੇਰੇ ਦਿੰਦੀ ਆ ਬਸ਼ੇਰੇ ਘੋੜੀ ਦਿੰਦੀ ਆ ਇਹ ਧੀ ਵੱਡੀ ਹੋ ਕੇ ਉਸ ਅਦਾਲਤ ਜਿਹਦੇ ਤੋਂ ਮੁਜਰਮ ਬਣ ਕੇ ਆਈ ਸੀ ਚੀਫ ਜਸਟਿਸ ਬਣੀ ਸੋ ਕਿਤਾਬਾਂ ਪੜਨਾ ਜ਼ਿੰਦਗੀ ਨੂੰ ਨਵੇਂ ਰੰਗ ਦੇਣ ਦੇ ਸਮਾਨ ਹੁੰਦਾ ਬਹੁਤ ਸਾਰੀਆਂ ਕਿਤਾਬਾਂ ਐਸੀਆਂ ਨੇ ਜਿਹੜੀਆਂ ਆਪਣੇ ਹੀ ਗੜ ਲੱਗ ਕੇ ਰੁੰਦੀਆਂ ਨੇ ਉਹਨਾਂ ਨੂੰ ਪੜਨ ਵਾਲਾ ਕੋਈ ਨਹੀਂ ਇਹ ਬਹੁਤ ਸਾਰੀਆਂ ਕਿਤਾਬਾਂ ਐਸੀਆਂ ਨੇ ਜਿਨ੍ਹਾਂ ਚੋਂ ਪੜਨ ਨੂੰ ਲੱਭਦਾ ਕੁਝ ਨਹੀਂ ਨਿਲਾ ਫਾਜ਼ਲੀ ਉਰਦੂ ਦੇ ਬਹੁਤ ਵੱਡੇ ਸ਼ਾਇਰ ਨੇ ਰੋਜ਼ਾਨਾ ਮਸਜਿਦ ਜਾਂਦੇ ਸੀ ਬੁੱਢੇ ਹੋ ਗਏ ਫਿਰ ਜਾ ਨਹੀਂ ਹੁੰਦਾ ਸੀ ਕਿਸੇ ਨੇ ਪੁੱਛਿਆ ਹੁਣ ਕਿਵੇਂ ਸਰਦਾ ਉਹ ਕਹਿੰਦਾ ਮੈਂ ਕਿਤਾਬਾਂ ਪੜਦਾ ਕਿਤਾਬਾਂ ਮੇਰਾ ਸਾਥ ਦਿੰਦੀਆਂ ਨੇ ਕਿਤਾਬ 'ਚ ਹੀ ਲਿਖਿਆ ਕਿ ਘਰ ਸੇ ਤੋਂ ਦੂਰ ਹੈ ਮਸਜਿਦ ਦਾ ਰਸਤਾ ਚਲੋ ਕਿਸੇ ਰੋਤੇ ਹੋਏ ਬੱਚੇ ਕੋ ਸਹਾਇਜਾਵੇ ਇਹ ਵੀ ਇੱਕ ਇਬਾਦਤ ਹੈ ਜੁਨਾਨੇ ਸੋਕਰੇਟ ਤੇ ਸਿਕੰਦਰ ਦਿੱਤੇ ਨੇ ਦੋਨਾਂ ਤੇ ਮਾਣ ਕਰਦਾ ਜੁਨਾਨ ਪਰ ਸੋਕਰੇਟ ਨੂੰ ਜ਼ਹਿਰ ਪਿਆ ਕੇ ਜੁਨਾਨ ਆਪਣੇ ਮੱਥੇ ਤੇ ਲੱਗਾ ਹੋਇਆ ਕਲੰਕ ਵੀ ਤੋ ਨਹੀਂ ਸਕਿਆ ਇਹ ਇਤਿਹਾਸਿਕ ਘਟਨਾ ਹੈ ਕਿ ਜਦੋਂ ਸੋਕਰੇਟ ਨੂੰ ਸਜ਼ਾ ਸੁਣਾਈ ਜਾਣੀ ਸੀ ਤੇ 500 ਜੱਜਾਂ ਦਾ ਪੈਨਲ ਸੀ ਜ਼ਿਉਰੀ ਇੰਨੀ ਵੱਡੀ ਸ਼ਾਇਦ ਹੁਣ ਤੱਕ ਹੋਰ ਕਿਤੇ ਵੀ ਨਹੀਂ ਸੀ ਜਦੋਂ ਸਜ਼ਾ ਸੁਣਾਈ ਗਈ ਜ਼ਹਿਰ ਦਾ ਪਿਆਲਾ ਪਿਉਣ ਦੀ ਤੇ ਸੋਕਰੇਟ ਹੱਸ ਪਿਆ ਚੀਫ ਜਸਟਿਸ ਨੂੰ ਗੁੱਸਾ ਆ ਗਿਆ ਉਹ ਕਹਿੰਦਾ ਤੈਨੂੰ ਮੌਤ ਦੀ ਸਜ਼ਾ ਸੁਣਾਈ ਆ ਤੂੰ ਹੱਸਿਆ ਕਿਉਂ ਕਹਿੰਦਾ ਮੈਂ ਹੱਸਿਆ ਇਸ ਕਰਕੇ ਆ ਕਿ ਮੈਂ ਹੋਰ ਪੰਜਾਂ ਦਸਾਂ ਸਾਲਾਂ ਨੂੰ ਉਂ ਵੀ ਮਰ ਜਾਣਾ ਸੀ ਪਰ ਹੁਣ ਜਨਾਨ ਦੇ ਮੱਥੇ ਤੋਂ ਕਦੇ ਕਲੰਕ ਨਹੀਂ ਲੱਤਣਾ ਜਦੋਂ ਜੱਜ ਨੇ ਦੱਸਿਆ ਕਿ ਪਹਿਲਾਂ ਜ਼ਹਿਰ ਅੱਧੀ ਪੀਣੀ ਆ ਫਿਰ ਪੀਣੀ ਆ ਇਦਾਂ ਤੁਰ ਕੇ ਜਾਣਾ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਵਕਤ ਆਏਗਾ ਕਾਲ ਕੋਠੜੀ ਤੋਂ ਜਿਹੜਾ ਉਹਨੂੰ ਲਿਜਾਇਆ ਜਾਣਾ ਸੀਗਾ ਜ਼ਹਿਰ ਦਾ ਪਿਆਲਾ ਪਿਲਾਉਣ ਲਈ ਤੇ ਸੁਕਰਾਟ ਨੇ ਇੱਕ ਵਾਰੀ ਜ਼ਿਆਦਾ ਪਿਆਲਾ ਪੀ ਲਿਆ ਜਦੋਂ ਕਿ ਕਿਸ਼ਤਾ ਚ ਪੀਣਾ ਸੀ ਸਾਰਾ ਜੁਨਾਨ ਵਾਰ ਰੋ ਰਿਹਾ ਸੀ ਤੇ ਸੁਕਰਾਟ ਅੰਦਰ ਹੱਸ ਰਿਹਾ ਸੀ ਇਹ ਇਤਿਹਾਸਿਕ ਘਟਨਾਵਾਂ ਕਿਤਾਬਾਂ ਨੇ ਸਾਂਭੀਆਂ ਹੋਈਆਂ ਨੇ ਇਤਿਹਾਸ ਪੜੋ ਕਿਤਾਬਾਂ ਪੜਨ ਦੀ ਆਦਤ ਪਾਓ ਸੱਚੀ ਮੁੱਚ ਹੀ ਬਹੁਤ ਕੁਝ ਜ਼ਿੰਦਗੀ ਚ ਹਾਸਲ ਹੋ ਜਾਵੇਗਾ ਆਪਾਂ ਕਿਤਾਬਾਂ ਦੀ ਗੱਲ ਕਰਦੇ ਰਵਾਂਗੇ ਪ੍ਰੋਗਰਾਮ ਸਹਿਤ ਤੰਦਾਂ ਚ ਫਿਲਹਾਲ ਇੱਕ ਬ੍ਰੇਕ ਦਾ ਵਕਤ ਹੈ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਵੇਖਦੇ ਰਹੋ ਜਸ ਪੰਜਾਬ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਸਾਇਤਿਕ ਸੰਦਾ ਵਿਖਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਗੱਲ ਆਪਾਂ ਕਿਤਾਬਾਂ ਦੀ ਕਰ ਰਹੇ ਸੀ ਮੈਂ ਇੱਕ ਹੋਰ ਬੜੀ ਦਿਲਚਸਪ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਕਹਿੰਦੇ ਨੇ ਕਿ ਔਰਤ ਜਦੋਂ ਵੀ ਰੁੱਸਦੀ ਆ ਮਨਾਏ ਜਾਣ ਦੀ ਸੰਭਾਵਨਾ ਰੱਖ ਕੇ ਰੁੱਸਦੀ ਆ ਉਦਾਹਰਣ ਵਜੋਂ ਕਿ ਜੇ ਉਹ ਰੁੱਸੀ ਹੋਈ ਆ ਤੁਹਾਡੇ ਨਾਲ ਨਾਰਾਜ਼ ਹੈ ਜੇ ਜੋ ਕਪੜੇ ਧੋਂਦੀ ਆ ਤੇ ਖੜਾਕਾ ਜ਼ਿਆਦਾ ਕਰੇਗੀ ਜੇ ਉਹ ਭਾਂਡੇ ਤੋਂ ਧੋਂਦੀ ਆ ਤੇ ਭਾਂਡੇ ਚ ਪਾਂਡਾ ਜ਼ਿਆਦਾ ਮਾਰੇਗੀ ਜੇ ਉਹ ਮਸ਼ੀਨ ਤੇ ਕਪੜੇ ਸੀ ਰਹੀ ਆ ਤੇ ਜ਼ਿਆਦਾ ਹੱਥ ਮਾਰੇਗੀ ਜੇ ਫਿਰ ਵੀ ਨਹੀਂ ਤੁਸੀਂ ਸੁਣਦੇ ਤਾਂ ਉਹ ਨਿੱਕੇ ਜਿਹੇ ਬੱਚੇ ਨੂੰ ਜਾਣ ਕੇ ਰਵਾ ਦੇਗੀ ਪਰ ਇਹ ਮਰਦ ਦੀ ਆ ਜਿਹੜਾ ਔਰਤ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕਰਦਾ ਮਰਦ ਜਦੋਂ ਵੀ ਰੁੱਸਦਾ ਔਰਤ ਬਹੁਤਾ ਚਿਰ ਨਹੀਂ ਘਟਦੀ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਆ ਇਹ ਸਾਰਾ ਕੁਝ ਕਿਤਾਬਾਂ ਦੀ ਇਬਾਦਤ ਹੈ ਕਹਿੰਦੇ ਨੇ ਕਿ ਸਹਿਤਕਾਰ ਆਪਣੇ ਦੋਸਤ ਦੇ ਘਰ ਗਿਆ ਸਰਦੀਆਂ ਦਾ ਮੌਸਮ ਸੀ ਤੇ ਉਹ ਸਵੇਰੇ ਉੱਠਿਆ ਤੇ ਇਕੱਠੇ ਚਾਹ ਪੀ ਰਹੀ ਸੀ ਤੇ ਦੋਸਤ ਦੀ ਘਰ ਵਾਲੀ ਨੇ ਤੇ ਸੁਭਾਅਕ ਕਿਹਾ ਉਹ ਕਹਿੰਦੀ ਦੇਖੋ ਜੀ ਬਾਹਰ ਕਿੰਨੀ ਤੁੰਦ ਪਈ ਹੋਈ ਆ ਬੰਦਾ ਨਹੀਂ ਦੀਦਾ ਉੱਚੜ ਚੜਾ ਸੁਆਸੀ ਲੜਾਕਾ ਸੁਆਸੀ ਉਹ ਕਹਿੰਦਾ ਹੋਰ ਨਾ ਕੁਝ ਵੀ ਕਰਿਆ ਕਰ ਸਵੇਰੇ ਉੱਠ ਕੇ ਬੰਦਾ ਹੀ ਦੇਖਣ ਲੱਪ ਗਿਆ ਉਹ ਕਹਿੰਦੀ ਨਹੀਂ ਜੀ ਮੈਂ ਤਾਂ ਉਦਾਂ ਕਿਹਾ ਸੀ ਵੀ ਹੱਥ ਨੂੰ ਹੱਥ ਨਹੀਂ ਦੀਦਾ ਉਹ ਕਹਿੰਦਾ ਹੱਥ 'ਚ ਕੈਮਰਾ ਲੱਗਾ ਹੋਇਆ ਦੋਹੇ ਜਣੇ ਪਾਸ ਪਏ। ਉਹ ਦੋਸਤ ਬੜਾ ਹੈਰਾਨ ਹੋਇਆ ਕਿ ਇਹ ਬੰਦਾ ਤੇ ਚੰਗਾ ਬਾਹਰ ਤੇ ਕਦੀ ਬੋਲਦਾ ਨਹੀਂ ਤੇ ਉਹ ਅਗਲੀ ਵਾਰੀ ਜਦੋਂ ਉਹਦੇ ਘਰ ਆਇਆ ਤੇ ਉਹਨੂੰ ਖੂਬਸੂਰਤ ਕਿਤਾਬਾਂ ਦਾ ਸੈੱਟ ਦੇਖ ਕੇ ਗਿਆ। ਉਹਨਾਂ 'ਚ ਇੱਕ ਕਿਤਾਬ ਸੀ ਫਰਨਾਮਦਾਸ ਵੀਏ ਹੁਰਾ ਦੀ ਹਿਦਾਇਤਨਾਮਾ ਕਵੰਦ ਜਿਨ੍ਹਾਂ ਨੇ ਪੜ੍ਹੀ ਹੈ ਉਹਨਾਂ ਨੂੰ ਪਤਾ ਹੈ ਕਿ ਹਿਦਾਇਤਨਾਮਾ ਕਵੰਦ ਪਤੀ ਨੂੰ ਹਿਦਾਇਤਾਂ ਨੇ ਕਿ ਅਗਰਸ ਦੀ ਜ਼ਿੰਦਗੀ ਕਿਵੇਂ ਕੱਟੀਦੀ ਹੈ। ਤੋ ਕਿਤਾਬਾਂ ਉਸ ਮਨੁੱਖ ਦੀ ਜ਼ਿੰਦਗੀ ਨੂੰ ਪੂਰੇ ਦਾ ਪੂਰਾ ਬਦਲ ਗਈਆਂ ਇੱਕ ਵਾਰ ਕਹਿੰਦੇ ਨੇ ਕਿ ਇੱਕ ਬਹੁਤ ਵੱਡਾ ਸ਼ਹਿਰ ਸੀ ਸ਼ਹਿਰ ਚ ਮੇਅਰ ਹੋ ਸਕਦਾ ਸਰਪੰਚ ਹੋ ਸਕਦਾ ਉਸ ਸ਼ਹਿਰ ਦਾ ਮੁਖੀ ਹੋ ਸਕਦਾ ਤੇ ਇੱਕ ਬੰਦਾ ਪੱਖੀਆਂ ਵੇਚਦਾ ਸੀ ਮੈਂ ਘਟਨਾ ਓਸ਼ੋ ਦੀ ਕਿਤਾਬ ਕੀਸ਼ਵਰ ਮਰ ਗਿਆ ਹੈ ਜੜੀ ਸੀ ਉਹ ਬੰਦਾ ਪੱਖੀਆਂ ਵੇਚ ਰਿਹਾ ਸੀ ਕਹਿੰਦਾ 100 ਰੁਪਏ ਦੀ ਪੱਖੀ ਤੇ 100 ਸਾਲ ਦੀ ਗਰੰਟੀ ਉਸ ਪਿੰਡ ਦਾ ਮੁਖੀ ਆਪਣੇ ਘਰ ਦੀ ਛੱਤ ਤੇ ਆਪਣੀ ਪਤਨੀ ਨਾਲ ਟੈਲਿਆ ਸੀ ਤੇ ਪਤਨੀ ਨੇ ਕਿਹਾ ਦੇਖੋ ਜੀ 100 ਰੁਪਏ ਦੀ ਪੱਕੀ ਵੇਚਦਾ 100 ਸਾਲ ਦੀ ਗਾਰੰਟੀ ਆ ਲੈ ਲਓ ਇੱਕ ਉਹਨੇ ਉਹਨੂੰ ਬੁਲਾ ਲਿਆ ਉੱਪਰ ਪੱਕੀਆਂ ਵੇਚਣ ਵਾਲੇ ਨੂੰ ਕਹਿੰਦਾ ਕੀ ਵੇਚਦਾ ਕਹਿੰਦਾ ਜੀ 100 ਰੁਪਏ ਦੀ ਪੱਕੀ ਤੇ 100 ਸਾਲ ਦੀ ਗਾਰੰਟੀ ਉਹਨੇ ਪੱਕੀ ਨੂੰ ਹੱਥ 'ਚ ਫੜ ਕੇ ਦੇਖਿਆ ਉਹ ਕਹਿੰਦਾ ਜੀ ਤੇ 10 ਦਿਨ ਵੀ ਨਹੀਂ ਕੱਟੇਗੀ ਉਹ ਕਹਿੰਦਾ ਜੀ 10 ਦਿਨ ਮੈਂ 100 ਸਾਲ ਦੀ ਗਾਰੰਟੀ ਦਿੰਦਾ ਉਹ ਕਹਿੰਦਾ ਤੂੰ ਮੁੜ ਕੇ ਨਹੀਂ ਆਉਣਾ ਕਹਿੰਦਾ ਜੀ ਅਗਲੇ ਐਤਵਾਰ ਨੂੰ ਫਿਰ ਇੱਥੇ ਪੱਖੀਆਂ ਵੇਚੂਗਾ 1900 ਰੁਪਏ ਦੀ ਪੱਕੀ ਲੈ ਲਈ ਪੱਕੀ ਤੀਜੇ ਦਿਨੇ ਟੁੱਟ ਗਈ ਉਹ ਫਿਰ ਅਗਲੇ ਐਤਵਾਰ ਨੂੰ ਉੱਥੇ ਪੱਖੀਆਂ ਵਿੱਚ ਇੱਕ 100 ਰੁਪਏ ਦੀ ਪੱਕੀ ਤੇ 100 ਸਾਲ ਦੀ ਗਾਰੰਟੀ ਤੇ ਉਹ ਤਾਂ ਬੰਦਾ ਭਰਿਆ ਪੀਤਾ ਬੈਠਾ ਸੀ ਜਿਹਨੇ 100 ਰੁਪਏ ਦੀ ਪੱਕੀ 100 ਸਾਲ ਦੀ ਗਾਰੰਟੀ ਨਾਲ ਖਰੀਦੀ ਸੀ ਉਹਨੂੰ ਕਹਿੰਦਾ ਆ ਜਾ ਉੱਪਰ ਨੂੰ ਉਹ ਕਹਿੰਦਾ ਕੀ ਵੇਚਦਾ ਕਹਿੰਦਾ ਜੀ ਪੱਕੀਆਂ ਵੇਚਦਾ ਤੁਸੀਂ ਲਈ ਤਾਂ ਸੀ ਪਿਛਲੀ ਵਾਰੀ 100 ਰੁਪਏ ਦੀ ਪੱਕੀ 100 ਸਾਲ ਦੀ ਗਾਰੰਟੀ ਕਹਿੰਦਾ ਭੱਦਰਪੁਰਸ਼ਾ ਉਹਦਾ ਤੀਜੇ ਦਿਨ ਟੁੱਟ ਗਈ ਸੀ ਉਹ ਕਹਿੰਦਾ ਜੀ ਫਿਰ ਮੇਰਾ ਥੋੜਾ ਕਸੂਰ ਹੈ ਉਹ ਕਹਿੰਦਾ ਕਸੂਰ ਕੀ ਦਾ ਕਹਿੰਦਾ ਜੀ ਜੇ ਤੁਹਾਨੂੰ ਚੱਲਣੀ ਨਹੀਂ ਆਉਂਦੀ ਤਾਂ ਮੈਂ ਕੀ ਕਰਾਂ ਉਹ ਕਹਿੰਦਾ ਇਹ ਕਿਹੜਾ ਜਗੋਤੇਰਮਾ ਕੰਮ ਹੈ ਕਿ ਮੈਨੂੰ ਚੱਲਣੀ ਨਹੀਂ ਆਉਂਦੀ ਉਹ ਪੱਖੀਆਂ ਵੇਚਣ ਵਾਲਾ ਕਹਿੰਦਾ ਜੀ ਕਿਵੇਂ ਚੱਲੀ ਸੀ ਕਹਿੰਦਾ ਜੀ ਆਹੀ ਸਟਾਈਲ ਹੁੰਦਾ ਚੱਲਣ ਦਾ ਉਹ ਕਹਿੰਦਾ ਨਹੀਂ ਇਦਾਂ ਨਹੀਂ ਇਦਾਂ ਤਾਂ ਟੁੱਟ ਹੀ ਜਾਣੀ ਸੀ ਕਹਿੰਦਾ ਜੀ ਪੱਖੀ ਨੂੰ ਸਿੱਧੀ ਫੜ ਕੇ ਰੱਖੋ ਮੂੰਹ ਹਲਾਓ ਪੱਖੀ ਕਦੇ ਵੀ ਨਹੀਂ ਟੁੱਟੇਗੀ 100 ਸਾਲ ਨਹੀਂ 500 ਸਾਲ ਤੱਕ ਨਹੀਂ ਟੁੱਟੇਗੀ ਤੇ ਉਸ ਬਾਦਸ਼ਾਹ ਨੂੰ ਉਸ ਰਾਜੇ ਨੂੰ ਕਿਤਾਬਾਂ ਪੜਨ ਦਾ ਸ਼ੌਕ ਬੜਾ ਸੀ ਤੇ ਉਹਨੇ ਇਸ ਤੋਂ ਬਾਅਦ ਆਪਣੀਆਂ ਕੁਝ ਕਿਤਾਬਾਂ 'ਚ ਅਜੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਿਹੜੀਆਂ ਬਹੁਤ ਦਿਲਚਸਪ ਨੇ ਕਈ ਗਜ਼ਲਾਂ ਲਿਖੀਆਂ ਗਈਆਂ ਨੇ ਪਰ ਪੜੀਆਂ ਨਹੀਂ ਗਈਆਂ ਕਿਉਂਕਿ ਜਾਂ ਤਾਂ ਮਹਿਬੂਬ ਦੀਆਂ ਜ਼ੁਲਫਾਂ ਦੀ ਗੱਲ ਕਰਦੀਆਂ ਸੀ ਤੇ ਜਾਂ ਫਿਰ ਟੁੱਟ ਗਈ ਮੁਹੱਬਤ ਦੀਆਂ ਲੋਕਾਂ ਦੇ ਦਰਦ ਦੀ ਕਦੀ ਗੱਲ ਨਹੀਂ ਹੋਈ ਇਸ ਕਰਕੇ ਕਈ ਕਿਤਾਬਾਂ ਚੁੱਪਨੇ ਆਪਣੇ ਹੀ ਗੱਲ ਲੱਗ ਕੇ ਬੰਦ ਨੇ ਅਲਮਾਰੀਆਂ ਚ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਗਈਆਂ ਪਰ ਕਹਾਣੀ ਦਾ ਕੋਈ ਲੜ ਸਿਰਾ ਹੀ ਨਹੀਂ ਲੱਭਿਆ ਬਹੁਤ ਸਾਰੀਆਂ ਕਹਾਣੀਆਂ ਐਸੀਆਂ ਨੇ ਜਿਹੜੀਆਂ ਪੜਨ ਯੋਗ ਹੈ ਪਰ ਉਹ ਪੁਸਤਕਾਂ ਪਾਠਕਾਂ ਤੱਕ ਪਹੁੰਚ ਹੀ ਨਹੀਂ ਸਕੀਆਂ ਸਾਡਾ ਲੇਖਕ ਵਰਗ ਜਿਹੜਾ ਹੈ ਉਹ ਇਸ ਗੱਲ 'ਚ ਲੱਗਾ ਹੋਇਆ ਕਿ ਮੈਂ ਵਿਦਵਾਨ ਹਾਂ ਤੇ ਪਾਠਕ ਨੂੰ ਸੂਝ ਘਟ ਹੈ ਉਹਨੂੰ ਲੱਗੇ ਕਿ ਮੈਂ ਵਿਦਵਾਨ ਹਾਂ ਇਹ ਪਾੜਾ ਜਿਹੜਾ ਹੈ ਇਹ ਪਾਠਕ ਤੇ ਲੇਖਕ 'ਚ ਦੂਰੀ ਪੈਦਾ ਕਰ ਦਿੰਦੀ ਹੈ ਪੰਜਾਬੀ 'ਚ ਪਾਠਕਾਂ ਪੜਨ ਦਾ ਆ ਕਿਤਾਬਾਂ ਪੜਨ ਦਾ ਜਿਹੜਾ ਰੁਝਾਨ ਘਟ ਰਿਹਾ ਹੈ ਉਹਦਾ ਇੱਕ ਦੁਖਾਂਤਕ ਪੱਖ ਹੈ ਕਿ ਸਾਡਾ ਸੁਭਾਅ ਬਦਲ ਲਿਆ ਹੈ ਸਾਡੇ 'ਚ ਪੇਸ਼ੀਅੰਸ ਸਬਰ ਸੰਤੋਖ ਮੁੱਕ ਰਿਹਾ ਹੈ ਤੇ ਜਿਨ੍ਹਾਂ ਵੀ ਮੁਲਕਾਂ 'ਚ ਕਿਤਾਬਾਂ ਜਦ ਚੰਗਾ ਸਾਹਿਤ ਪੜਨ ਦੀ ਆਦਤ ਹੈ ਉਹਨਾਂ ਲੋਕਾਂ ਦੇ ਸੁਭਾਅ ਪਰਖ ਕੇ ਵੇਖਿਓ ਨਿਮਰਤਾ ਸਾਦਗੀ ਅਮਰੀਕਨ ਲੋਕ ਸਭ ਤੋਂ ਵੱਧ ਕਿਤਾਬਾਂ ਪੜਨ ਦੇ ਸ਼ੌਕੀਨ ਨੇ ਕਦੇ ਜਹਾਜ਼ 'ਚ ਸਫ਼ਰ ਕਰਕੇ ਵੇਖਿਓ ਕਿ ਕਿਤਾਬਾਂ ਪੜ੍ਹ ਰਹੇ ਹੁੰਦੇ ਨੇ ਤੇ ਜਾਂ ਆਧੁਨਿਕ ਉਪਕਰਣਾਂ 'ਚ ਕੁਝ ਨਾ ਕੁਝ ਕਰ ਰਹੇ ਹੁੰਦੇ ਨੇ ਤੇ ਅਸੀਂ ਕੀ ਕਰ ਰਹੇ ਹੁੰਨੇ ਆ ਕਦੇ ਨਹੀਂ ਵਿਚਾਰਿਆ ਸੋ ਜਦੋਂ ਵੀ ਕਿਤਾਬਾਂ ਪੜ੍ਹੋਗੇ ਤੁਹਾਨੂੰ ਚੰਗਾ ਨਹੀਂ ਬਹੁਤ ਚੰਗਾ ਲੱਗੇਗਾ ਮੈਂ ਵੀ ਤੋਂ ਵੱਧ ਜਾਨੀ ਕਿ 2 ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਨੇ ਪਰ ਮੈਂ ਕਿਤਾਬਾਂ ਪੜ੍ਹੀਆਂ ਵੀ ਬਹੁਤ ਨੇ ਪੜੇ ਤੋਂ ਬਿਨਾ ਲਿਖਿਆ ਨਹੀਂ ਜਾ ਸਕਦਾ ਕਿਤਾਬਾਂ ਪੜਨ ਦੀ ਆਦਤ ਪਾਓ ਆਪਾਂ ਕਿਤਾਬਾਂ ਦੀ ਗੱਲ ਕਰਿਆ ਕਰਾਂਗੇ ਇੱਕ ਕਿਤਾਬ ਦੀ ਗੱਲ ਕਰਿਆ ਕਰਾਂਗੇ ਕਿਤਾਬ ਦੇ ਲੇਖਕ ਦੀ ਗੱਲ ਕਰਿਆ ਗਿਆ ਕਰਿਆ ਕਰਾਂਗੇ ਸ਼ਾਇਦ ਤੁਹਾਡੀ ਜ਼ਿੰਦਗੀ 'ਚ ਕੁਛ ਨਾ ਕੁਛ ਨਮਾ ਵਾਪਰ ਜਾਏ ਬੇਖਦੇ ਰਹੋ ਸਾਇਤਿਕ ਤੰਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਆ ਤੁਹਾਡਾ ਸਾਰਿਆਂ ਦਾ ਬ੍ਰੇਕ ਤੋਂ ਬਾਅਦ ਫਿਰ ਸਾਇਤਿਕ ਤੰਦਾ ਪ੍ਰੋਗਰਾਮ 'ਚ ਸਵਾਗਤ ਹੈ ਗੱਲ ਆਪਾਂ ਕਿਤਾਬਾਂ ਦੀ ਕਰ ਰਹੇ ਆ ਪੁਸਤਕਾਂ ਦੀ ਕਰ ਰਹੇ ਆ ਬਹੁਤ ਸਾਰੀਆਂ ਕਿਤਾਬਾਂ ਕਈ ਕਰਾਂ ਚ ਪੈ ਗਈਆਂ ਪਈਆਂ ਰਹਿ ਗਈਆਂ ਨੇ ਉਹਨਾਂ ਨੂੰ ਵੇਖਿਆ ਹੀ ਨਹੀਂ ਗਿਆ ਉਹਨਾਂ ਨੂੰ ਪੜਿਆ ਹੀ ਨਹੀਂ ਗਿਆ ਕਾਸ਼ ਕਿ ਤੁਸੀਂ ਪੜ ਸਕਦੇ ਹੁੰਦੇ ਮੈਂ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਨੇ ਬਹੁਤ ਸਾਰੇ ਬਹੁਤ ਸਾਰੇ ਲੇਖਕਾਂ ਨੂੰ ਪੜਿਆ ਪਰ ਇਹ ਵੀ ਦੁਖਾਂਤ ਹੈ ਸਾਡਾ ਕਿ ਆਪਾਂ ਕਿਤਾਬਾਂ ਪੜ ਲੰਨੇ ਆ ਬੰਦੇ ਪੜਨੇ ਅੱਜਕੱਲ ਔਖੇ ਬਹੁਤ ਹੈ ਕਈ ਬੰਦਿਆਂ ਨੂੰ ਤੁਸੀਂ ਸਾਰੀ ਜ਼ਿੰਦਗੀ ਮਿਲਦੇ ਰਹਿੰਦੇ ਹੋ ਪੜਨੇ ਬਹੁਤ ਔਖਿਆ ਕਿਤਾਬਾਂ ਪੜਨ ਦੀ ਕੋਸ਼ਿਸ਼ ਕਰੋਗੇ ਤੇ ਸ਼ਾਇਦ ਤੁਹਾਨੂੰ ਕਈ ਕੁਝ ਉਹ ਮਿਲ ਜੇਗਾ ਜੋ ਸਮਾਜ ਚੋਂ ਲੱਭ ਨਹੀਂ ਰਿਹਾ ਅਸੀਂ ਸਵਾਰਥੀ ਹੋ ਗਏ ਆ ਅਸੀਂ ਉਦੋਂ ਤੱਕ ਹੀ ਕਿਸੇ ਨਾਲ ਜੁੜੇ ਰਹਿੰਦੇ ਜਦੋਂ ਤੱਕ ਸਾਡਾ ਮਤਲਬ ਹੈ ਜਦੋਂ ਤੱਕ ਸਾਡੇ ਹਿੱਤ ਪੂਰੇ ਹੋ ਰਹੇ ਨੇ ਇਸੇ ਹੀ ਇੱਕ ਕਹਾਣੀ ਮੈਂ ਕਿਤਾਬ ਚ ਪੜੀ ਸੀ ਜਿਹਨੇ ਮੇਰੀ ਜ਼ਿੰਦਗੀ ਚ ਬੜਾ ਮੋੜ ਲੈ ਕੇ ਆਂਦਾ ਕਿ ਇੱਕ ਬਾਦਸ਼ਾਹ ਦਾ ਵਜ਼ੀਰ ਨਾ ਬੜਾ ਪਿਆਰ ਸੀ ਉਦੋਂਵੇਂ ਕਿਤੇ ਬਾਹਰ ਸ਼ਿਕਾਰ ਕਰਨ ਨਿਕਲ ਗਏ ਬਹੁਤ ਦੂਰ ਚਲੇ ਗਏ ਰਾਤ ਪੈ ਗਈ ਕਿਤੇ ਸ਼ਿਕਾਰ ਨਾ ਲੱਭਾ ਦੋਵੇਂ ਭੁੱਖ ਨਾਲ ਤੜਫ ਰਹੇ ਸੀ ਕਿਤੇ ਬਾਦਸ਼ਾਹ ਨੂੰ ਕੁਫਲ ਲੱਭਿਆ ਤੇ ਬਾਦਸ਼ਾਹ ਵਜ਼ੀਰ ਨੂੰ ਪਿਆਰ ਬਹੁਤ ਕਰਦਾ ਸੀ ਉਹਦੀ ਹਰ ਗੱਲ ਮੰਨਦਾ ਸੀ ਤੇ ਬਾਦਸ਼ਾਹ ਨੇ ਕਿਹਾ ਪਿਆ ਆਪਾਂ ਦੋਵੇਂ ਅੱਧਾ ਅੱਧਾ ਫਲ ਖਾਣੇ ਆ ਬਾਦਸ਼ਾਹ ਨੇ ਫਲ ਕਟਿਆ ਤੇ ਵਜ਼ੀਰ ਨੂੰ ਦਿੱਤਾ ਵਜ਼ੀਰ ਕਹਿੰਦਾ ਜੀ ਪਹਿਲਾਂ ਮੈਨੂੰ ਖਾ ਕੇ ਵੇਖ ਲੈਣ ਦਿਓ ਕਿਤੇ ਕੌੜਾ ਨਾ ਹੋਵੇ ਤੇ ਵਜ਼ੀਰ ਨੇ ਅੱਧਾ ਫਲ ਫਟਾਫਟ ਕਾ ਲਿਆ ਉਹ ਬਾਦਸ਼ਾਹ ਨੂੰ ਕਹਿੰਦਾ ਜੀ ਫਲ ਬਹੁਤ ਸਵਾਦ ਹੈ ਜੇ ਕਿਤੇ ਹਾਇਦੇ ਚੋਂ ਵੀ ਅੱਧਾ ਦੇ ਦਿਓ ਤਾਂ ਮੇਰੀ ਗੱਲ ਬਣ ਜਾਏ ਕਿਉਂਕਿ ਬਾਦਸ਼ਾਹ ਵਜ਼ੀਰ ਨੂੰ ਖੁਸ਼ ਰੱਖਦਾ ਸੀ ਉਹਦਾ ਕਹਿਣਾ ਮੰਨਦਾ ਸੀ ਉਹਨੇ ਆਪਣੇ ਅੱਧੇ ਫਲ ਚੋਂ ਵੀ ਉਹਨੂੰ ਅੱਧਾ ਹਿੱਸਾ ਦਿੱਤਾ ਬਾਦਸ਼ਾਹ ਕੋ ਚੌਥਾ ਹਿੱਸਾ ਬਸ ਗਿਆ ਤੇ ਵਜ਼ੀਰ ਨੇ ਫਿਰ ਕਿਹਾ ਕਿ ਬਾਦਸ਼ਾਹ ਮੇਰੀ ਤ੍ਰਿਸ਼ਨਾ ਹਲੇ ਪੂਰੀ ਨਹੀਂ ਹੋਈ ਜੇ ਕਿਤੇ ਆ ਚੌਥੇ ਹਿੱਸੇ ਜੋ ਵੀ ਅੱਧਾ ਫਲ ਮੈਨੂੰ ਦੇ ਦਿਓ ਤਾਂ ਕਿਆ ਬਾਤਾਂ ਨੇ ਬਾਸ਼ਾ ਨੇ ਫਿਰ ਕਹਿਣਾ ਮੰਨ ਲਿਆ ਕਿ ਚੌਥੇ ਹਿੱਸੇ ਚੋਂ ਵੀ ਅੱਧਾ ਆਪਣੇ ਵਜ਼ੀਰ ਨੂੰ ਦੇ ਦਿੱਤਾ ਤੇ ਜਦੋਂ ਅੱਠਵਾਂ ਹਿੱਸਾ ਬਾਦਸ਼ਾਹ ਕੋ ਬਚਿਆ ਵਜ਼ੀਰ ਨੇ ਫਿਰ ਕਿਹਾ ਕਹਿੰਦੇ ਬਾਦਸ਼ਾਹ ਸਲਾਮਤ ਤੁਸੀਂ ਕਾਹਨੂੰ ਮੂੰਹ ਦਾ ਸਵਾਦ ਖਰਾਬ ਕਰਨਾ ਇਹ ਵੀ ਫਲ ਮੈਨੂੰ ਦੇ ਦਿਓ ਉਹ ਬਾਦਸ਼ਾਹ ਗੁੱਸੇ ਚ ਆ ਗਿਆ ਉਹ ਕਹਿੰਦਾ ਤੂੰ ਮੇਰੀ ਪਰਖਿਆ ਲੈ ਰਿਹਾ ਤੇਰੀ ਮੈਂ ਹਰ ਖਾਹਸ਼ ਪੂਰੀ ਕਰਦਾ ਮੈਂ ਤੈਨੂੰ ਸਾਰੀ ਜ਼ਿੰਦਗੀ ਬੜੇ ਲਾੜ ਤੇ ਪਿਆਰ ਨਾਲ ਰੱਖਿਆ ਤੇਰੀ ਹਰ ਗੱਲ ਮੰਨੀ ਆ ਕਹਿੰਦਾ ਤੂੰ ਸਾਰਾ ਹੀ ਫਲ ਕਿਉਂ ਖਾਣਾ ਚਾਹਣਾ ਇਹ ਮੈਨੂੰ ਵੀ ਭੁੱਖ ਲੱਗੀ ਹੋਈ ਆ ਤੇ ਅੱਠਵਾਂ ਹਿੱਸਾ ਬਾਦਸ਼ਾਹ ਨੇ ਜਦੋਂ ਮੂੰਹ 'ਚ ਪਾਇਆ ਤੇ ਉਹ ਕੋੜਾ ਅਕਬਰ ਦਾ ਕੋੜਾ ਯਰਸੀ ਬਾਦਸ਼ਾਹ ਨੇ ਥੁੱਕ ਦਿੱਤਾ ਉਹਨੇ ਵਜ਼ੀਰ ਨੂੰ ਬੁਲਾਇਆ ਕਹਿੰਦਾ ਗੱਲ ਕੀ ਐ ਕਿ ਤੂੰ ਕਹਿ ਰਿਹਾ ਤ੍ਰਿਸ਼ਨਾ ਨਹੀਂ ਪੂਰੀ ਹੋਈ ਫਲ ਬੜਾ ਸੁਆਦੀ ਆ ਇਹ ਵੀ ਮੈਨੂੰ ਦੇ ਦਿਓ ਇਹ ਤਾਂ ਫਲ ਜ਼ਹਿਰ ਸੀ ਉਹ ਕਹਿੰਦਾ ਜੀ ਇਹ ਫਲ ਮੈਂ ਤਾਂ ਮੰਗਦਾ ਸੀ ਕਿ ਮੈਨੂੰ ਤੁਸੀਂ ਜ਼ਿੰਦਗੀ 'ਚ ਸਾਰੇ ਮਿੱਠੇ ਫਲ ਦਿੱਤੇ ਨੇ ਤੇ ਮੈਂ ਨਹੀਂ ਚਾਹੁੰਦਾ ਸੀ ਕਿ ਕੋੜਾ ਫਲ ਤੁਸੀਂ ਖਾਓ ਇਹ ਕੋੜਾ ਫਲ ਵੀ ਮੈਂ ਚਾਹੁੰਦਾ ਸੀ ਮੈਂ ਹੀ ਖਾਵਾਂ ਤੇ ਮੇਰੇ ਹਿੱਸੇ 'ਚ ਰਵੇ ਅੱਜ ਦੁਨੀਆ ਦਾ ਜਿਹੜਾ ਦਸਤੂਰ ਹੈ ਉਹ ਕਹਿੰਦੇ ਜੇ ਕੋ ਮੇਰੇ ਵਰਗਾ ਹੁੰਦਾ ਜਾਂ ਤੁਹਾਡੇ ਵਰਗਾ ਹੁੰਦਾ ਜਾਂ ਇਸ ਦੁਨੀਆ ਦੇ ਦਸਤੂਰਾਂ 'ਚ ਚੱਲਣ ਵਾਲੇ ਲੋਕ ਹੁੰਦੇ ਉਹਨੇ ਬਾਦਸ਼ਾਹ ਨੂੰ ਕਹਿਣਾ ਸੀ ਸਰ ਸਾਰਾ ਤੁਸੀਂ ਖਾ ਲਓ ਮੇਰੀ ਤਾਂ ਥੋੜੀ ਭੁੱਖ ਹੈ ਤੁਸੀਂ ਬਾਦਸ਼ਾਹ ਇਸ ਜ਼ਿੰਦਗੀ 'ਚ ਆਪਾਂ ਵਿਸਰ ਰਿਹਾ ਜਿਨ੍ਹਾਂ ਨੇ ਵਾਰਿਸ ਦੀ ਹੀਰ ਪੜੀ ਹੈ ਵਾਰਿਸ ਨੇ ਸ਼ੇਧ ਹਾਕਿਆਂ ਦੀ ਉਮਰ ਹੰਡਾ ਕੇ ਹੀਰ ਲਿਖੀ ਹੈ ਔਰ ਹੀਰ ਵਾਰਿਸ ਦੀ ਅਮਰ ਰਚਨਾ ਇਹ ਹੀਰ ਲਿਖ ਕੇ ਵਾਰਿਸ਼ਾ ਰਾंजे ਦਾ ਘਟ ਬਣਿਆ ਹੀਰ ਦਾ ਵੱਧ ਬਣ ਗਿਆ ਇਸੇ ਕਰਕੇ ਹੀਰ ਉਹਨੇ ਰਾंजे ਤੋਂ ਖੋ ਲਈ ਹੈ ਹੁਣ ਵਾਰਿਸ ਦੀ ਹੀਰ ਵੀ ਕਿਹਾ ਜਾਂਦਾ ਬਹੁਤ ਸਾਰੀਆਂ ਐਸੀਆਂ ਕਿਤਾਬਾਂ ਨੇ ਇੱਕ ਦਿਨ ਗੱਲ ਹੋ ਰਹੀ ਸੀ ਜ਼ਿੰਦਗੀ ਬਲਾਸ ਦੀ ਸਾਧੂ ਦਇਆ ਸਿੰਘ ਆਰਫ ਦਾ ਇੱਕ ਕਿੱਸਾ ਜ਼ਿੰਦਗੀ ਬਲਾਸ ਜਿਨ੍ਹਾਂ ਨੂੰ ਕਵਿੱਤ ਬੈਂਤ ਦੋਰਾ ਛੰਦ ਕੋੜਾ ਛੰਦ ਰਵਾਈ ਦਾ ਪਤਾ ਹੈ ਉਹਨਾਂ ਨੂੰ ਪਤਾ ਹੈ ਕਿ ਜ਼ਿੰਦਗੀ ਬਲਾਸ ਕੀ ਚੀਜ਼ ਹੈ ਮਾਂ ਦੀ ਗਰਭ ਅਵਸਥਾ ਤੋਂ ਲੈ ਕੇ 100 ਸਾਲ ਦਾ ਵੇਰਵਾ ਇਕਵਿੱਤ ਤੇ ਛੰਦਾਂ ਚ ਜੇ ਤੁਸੀਂ ਪੜੋਗੇ ਤੇ ਤੁਹਾਨੂੰ ਲੱਗੇਗਾ ਕਿ ਮੇਰੀ ਗੱਲ ਹੋ ਰਹੀ ਆ ਮੰਨ ਲਓ ਕਿ ਤੁਹਾਡੀ ਉਮਰ 40 ਸਾਲਾਂ ਦੀ ਹੈ ਤੇ ਉਹਦੇ ਚ 40 ਸਾਲਾਂ ਦਾ ਜਦੋਂ ਰੰਗ ਪੜੋਗੇ ਤੁਹਾਨੂੰ ਲੱਗੇਗਾ ਤੇ ਮੀਰਾ ਚੜਿਆ ਹੋਇਆ ਹੈ 21 ਸਾਲ ਦੇ ਬੇਰਵੇ ਦੀ ਗੱਲ ਦਇਆ ਸਿੰਘ ਅਰਫ ਕਰਦਾ ਕਿ 21 ਸਾਲ ਇਨਸਾਨ ਦੀ ਉਮਰ ਹੋਈ ਮੂੰਹ ਤੇ ਹੁਸਨ ਸੁਲਖਣਾ ਆਉਣ ਲੱਗਾ ਜਦੋਂ ਆਣ ਜਵਾਨ ਦੀ ਮੁੱਛ ਫੁੱਟੇ ਉਸੇ ਵਕਤ ਸ਼ਿਕინੀਆਂ ਲਾਉਣ ਲੱਗਾ ਦਿਲੋਂ ਭੁੱਲਿਆ ਨਾਮ ਪ੍ਰਮਾਤਮਾ ਦਾ ਨਾਲ ਖੁਸ਼ੀ ਦੇ ਕਾਫੀਆਂ ਗਾਉਣ ਲੱਗਾ ਤੇ ਉਹਦੀ ਆਖਰੀ ਸਤਰ ਹੈ ਕਿ ਦਇਆ ਸਿੰਘ 78 ਪਕੜ ਮੜਾ ਰੁਸੇ ਰੱਬ ਨੂੰ ਫੇਰ ਮਨਾਉਣ ਲੱਗਾ ਉਹ ਉਹਦੀ ਇੱਕ ਇਸ ਪੁਸਤਕ ਵਿਚਲੀ ਹੋਰ ਸ਼ਾਇਰੀ ਬੜੀ ਕਮਾਲ ਦੀ ਹੈ ਕਿ ਝੜ ਗਏ ਦੰਦ ਮੋਤੀਆਂ ਵਰਗੇ ਬਣ ਗਿਆ ਮੂੰਹ ਕਲੇਲਾ ਲੰਗ ਚੱਲੀਏ ਬਹੁਤੀ ਮਿੱਤਰੋ ਕਰਦਿਆਂ ਮੇਲਾ ਮੇਲਾ ਝੜ ਗਏ ਦੰਦ ਮੋਤੀਆਂ ਵਰਗੇ ਬਣ ਗਿਆ ਮੂੰਹ ਕਲੇਲਾ ਅਸਲ 'ਚ ਕਿਤਾਬਾਂ ਬਹੁਤ ਸਿੱਖਿਆ ਦਿੰਦੀਆਂ ਨੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਿਰਫ ਵਿਗਿਆਨ ਦੀਆਂ ਕਿਤਾਬਾਂ ਪੜਨ ਨਾਲ ਜ਼ਿੰਦਗੀ ਸਫਲ ਹੋ ਸਕਦੀ ਹੈ ਗਿਆਨ ਦੀਆਂ ਕਿਤਾਬਾਂ ਪੜਨ ਨਾਲ ਤੁਸੀਂ ਬਹੁਤ ਕੁਝ ਬਣ ਸਕਦੇ ਹੋ ਪਰ ਸਾਹਿਤ ਕਿਤਾਬਾਂ ਪੜੋਗੇ ਤੁਹਾਡੀ ਜ਼ਿੰਦਗੀ ਦਾ ਟਰੈਕ ਬਣੇਗਾ ਤੁਹਾਨੂੰ ਜ਼ਿੰਦਗੀ ਦੇ ਅਰਥ ਪਤਾ ਲੱਗਣਗੇ ਪਰ ਅਫਸੋਸ ਕਿ ਅਸੀਂ ਕਿਤਾਬਾਂ ਪੜਨ ਵੱਲ ਜਾ ਹੀ ਨਹੀਂ ਸਕੇ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਰਿਹਾ ਕਿ ਜਦੋਂ ਵੀ ਵਕਤ ਮਿਲੇ ਕੁਝ ਨਾ ਕੁਝ ਜ਼ਰੂਰ ਸਿੱਖਣ ਦੀ ਕੋਸ਼ਿਸ਼ ਕਰੋ ਇਹ ਕਿਤਾਬਾਂ ਹੀ ਤੁਹਾਨੂੰ ਸਿਖਾ ਸਕਦੀਆਂ ਨੇ ਵੱਡੇ ਵੱਡੇ ਲੋਕ ਜਿਹੜੇ ਨੇ ਉਹ ਜਦੋਂ ਵੀ ਵਕਤ ਮਿਲਦਾ ਹੈ ਉਹਨਾਂ ਦੀਆਂ ਅਲਮਾਰੀਆਂ 'ਚ ਉਹਨਾਂ ਦੇ ਸਹਰਾਣਿਆਂ 'ਚ ਕੁਛ ਨਾ ਕੁਛ ਪਿਆ ਹੁੰਦਾ ਹੈ ਸਿੱਖਣ ਲਈ ਲਲਕ ਹੁੰਦੀ ਹੈ ਇੱਕ ਭਾਵਨਾ ਹੁੰਦੀ ਹੈ ਤੇ ਕਿਤਾਬਾਂ ਬੋਲਦੀਆਂ ਨਹੀਂ ਕਹਿੰਦੀਆਂ ਬਹੁਤ ਕੁਝ ਹੈ ਕਹਿੰਦੇ ਨੇ ਕਿ ਤੁਹਾਡੇ ਤੇ ਕੀ ਪ੍ਰਭਾਵ ਪਿਆ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਤੇ ਮੈਂ ਉਹ ਪ੍ਰਭਾਵ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਮੈਂ ਇੱਕ ਕਿਤਾਬ ਪੜ੍ਹੀ ਸੀ ਕਿਤਾਬ 'ਚ ਘਟਨਾ ਸੀ ਕਿ ਪਿਓ ਤੇ ਪੁੱਤਰ ਟ੍ਰੇਨ 'ਚ ਸਫ਼ਰ ਕਰ ਰਹੇ ਸੀ ਬਾਪ ਦੀ ਉਮਰ ਹੋएगी 60-65 ਸਾਲ ਤੇ ਪੁੱਤਰ ਹੋਏਗਾ 21 ਸਾਲ ਦਾ ਤੇ ਜਦੋਂ ਟ੍ਰੇਨ 'ਚ ਬੈਠੇ ਤੇ ਉਹਨਾਂ ਦੇ ਸਾਹਮਣੇ ਇੱਕ ਨਵਾਂ ਵਿਆਹਿਆ ਜੋੜਾ ਵੀ ਬੈਠਾ ਸੀ ਟ੍ਰੇਨ ਜਦੋਂ ਤੁਰੀ ਤਾਂ ਪੁੱਤਰ ਉੱਠ ਕੇ ਲੁੱਡੀਆਂ ਪਾਉਣ ਲੱਪਿਆ ਪਾਪਾ ਦਰਖਤ ਨੱਟ ਰਹੇ ਨੇ ਪਾਪਾ ਦੇਖੋ ਬਾਹਰ ਕਿੰਨਾ ਸੋਹਣਾ ਲੱਗਦਾ ਉਹ ਜੋੜੇ ਨੇ ਸਮਝਿਆ ਇਹ ਮੁੰਡਾ ਪਾਗਲ ਹੈ ਇਹ ਠੀਕ ਨਹੀਂ ਹੈ ਥੋੜੀ ਦੇਰ ਹੋਰ ਟ੍ਰੇਨ ਚੱਲੀ ਤੇ ਮੀ ਪੈਣ ਲੱਪਿਆ ਉਹਨੇ ਸ਼ੀਸ਼ੇ ਖੋਲ ਦਿੱਤੇ ਤੇ ਅੰਦਰ ਬਾਸੜ ਆਉਣ ਲੱਗ ਪਈ ਤੇ ਮੀ ਅੰਦਰ ਆਉਣ ਲੱਪੇ ਅੱਛੇ ਪੈਣ ਲੱਪੇ ਉਸ ਨਵੇਂ ਜੁੜੇ ਨੇ ਉਸ ਬਾਪ ਨੂੰ ਕਿਹਾ ਤੁਹਾਡਾ ਪੁੱਤਰ ਠੀਕ ਨਹੀਂ ਹੈ ਇਹਨੂੰ ਕਿਸੇ ਹਸਪਤਾਲ ਲੈ ਕੇ ਜਾਓ ਇਹ پاਗਲ ਹੈ ਸਾਡੇ ਕੱਪੜੇ ਭੇਜ ਰਹੇ ਨੇ ਲੁੱਡੀਆਂ ਪਾ ਰਿਹਾ ਉਹ ਕਹਿੰਦਾ ਬਾਪ ਕਹਿੰਦਾ ਮੇਰਾ ਪੁੱਤਰ پاਗਲ ਨਹੀਂ ਹੈ ਅਫਸੋਸ ਕਿ ਇਹ 3 ਸਾਲ ਦਾ ਸੀ ਜਦੋਂ ਇਹਦੀ ਨਿਗਾ ਚਲ ਗਈ ਅੱਜ ਇਹਨੂੰ ਕਿਸੇ ਨੇ ਅੱਖਾਂ দান ਕੀਤੀਆਂ ਨੇ ਤੇ ਅੱਖਾਂ ਨਾਲ ਪਹਿਲੀ ਵਾਰ ਦੁਨੀਆ ਵੇਖ ਰਿਹਾ ਹੈ ਇਹ ਤਾਂ ਲੁੱਡੀਆਂ ਪਾਉਂਦਾ ਸਾਨੂੰ ਅੱਖਾਂ ਵਾਲਿਆਂ ਨੂੰ ਨਹੀਂ ਪਤਾ ਕਿ ਕਾਦਰ ਦੀ ਕੁਦਰਤ ਤੇ ਦੁਨੀਆਂ ਦੇ ਨਜ਼ਾਰੇ ਕੀ ਨੇ ਇਸ ਘਟਨਾ ਨਾਲ ਮੈਂ ਆਪਣੀ ਮਾਂ ਦੀ ਯਾਦ ਵਿੱਚ ਪਿਛਲੇ 8 ਸਾਲਾਂ ਤੋਂ ਕੈਂਪ ਲਾਉਣ ਦਾ ਯਤਨ ਕਰ ਰਿਹਾ ਅੱਖਾਂ ਦਾ ਕੈਂਪ ਕੋਈ ਨਾ ਕੋਈ ਘਟਨਾ ਤੁਹਾਡੀ ਜ਼ਿੰਦਗੀ 'ਚ ਰੰਗ ਪਾ ਦਿੰਦੀ ਹੈ ਜਿਵੇਂ ਮੈਂ ਕਿਹਾ ਸੋ ਇਸ ਪ੍ਰੋਗਰਾਮ 'ਚ ਆਪਾਂ ਕੁਛ ਨਾ ਕੁਛ ਨਮਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸੇ ਨਵੀਂ ਕਿਤਾਬ ਦੀ ਗੱਲ ਕਰਾਂਗੇ ਕਿਸੇ ਨਵੇਂ ਲੇਖਕ ਦੀ ਗੱਲ ਕਰਾਂਗੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ powra@justpunjabi.com ਤੇ ਤੇ ਤੁਹਾਡੇ ਹੰਗਾਰੇ ਦੀ ਉਡੀਕ ਰਹੇਗੀ ਅਸੀਂ ਹਰ ਹਫਤੇ ਇੱਕ ਲੇਖਕ ਤੇ ਇੱਕ ਕਿਤਾਬ ਦੀ ਗੱਲ ਕਰਿਆ ਕਰਾਂਗੇ ਉਹਨਾਂ ਕਿਤਾਬਾਂ ਦੀ ਗੱਲ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਵੀ ਸਾਡੀ ਜ਼ਿੰਦਗੀ 'ਚ ਵੀ ਕੁਝ ਨਾ ਕੁਝ ਨਹੀਂ ਬਹੁਤ ਕੁਝ ਛੱਡ ਕੇ ਜਾਣ ਗਿਆ ਇੱਥੇ ਹੀ ਐਸ ਅਸ਼ੋਕ ਪੌਰਾ ਨੂੰ ਜ਼ਾਜਤ ਦਿਓ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ